हेलो अस्सलाम वालेकुम तै उस्ताद गुल्ला, के हाल है? ठीक है? घर परिवार भी सारा ठीक है? मसला आज बड़े दिनों बाद दिस है यार। सारा ठीक है, सारा ठीक है। किदे चिट्टा नहीं, किदे लाल नहीं, कोई फोन नहीं तो कोई कॉल नहीं, के मसला यार? यार तू ज्यादा सट्टा ना कर। मसला ये आया, तू आखता से ना कि मार के चंद पूछदा है सट्टा किथे किथे लगिया नहीं, ਉਇਆ ਸੱਟ ਤੇ ਮੈਂ ਲਗੀ ਦੀਆ ਤੇ ਦੱਸ ਨਾ ਯਾਰ ਕਿੱਥੇ ਕਿੱਥੇ ਲੱਗੀਆਂ ਸੱਟਾਂ ਮੀਂਹ ਵੀ ਤਾਂ ਪਤਾ ਲੱਗੇ ਯਾਰ ਉਹ ਵੇਲਾ ਤੇ ਇਹ ਵੇਲਾ ਆਹ ਮੀਂਹ ਰਾਤ ਨੀਂਦਰ ਨਾ ਪਈ ਆਏ ਹਾਏ ਹਾਏ ਯਾਦਾਂ ਨਾ ਕੇਰਿਆ ਆਹ ਉਸਨੀਆਂ ਜ਼ੁਲਫਾਂ ਉਹ ਤੇ ਥੋੜੀ ਨਾ ਤਿਲ ਆਏ ਹਾਏ ਹਾਏ ਨਾਲ ਮੇਰੀ ਗੱਡੀ ਨਾ ਸ਼ੀਸ਼ਾ ਤੇ ਨਾਲ ਚੱਲਨੇ ਸ਼ਬੀਰ ਕੁਮਾਰ ਦੇ ਗਾਣੇ ਕੀ ਬਾਤ ਹੈ ਕੀ ਬਾਤ ਇਹ ਤਰੇ ਚੀਜ਼ਾਂ ਮੈਂ ਅੰਦਰੋਂ ਖਤਮ ਕਰ ਗਈ ਖਤਮ ਹੈ ਸੜ ਗਿਆ ਮੈਂ ਅੰਦਰੋਂ ਯਾਰ ਸਾਰੀ ਉਮਰੇ ਇਸ ਰੋਗ ਵਿੱਚ ਤੇ ਨਹੀਂ ਰਹਿਸੇ ਓਏ ਦਾਣੇ ਕਰ ਆਪਣਾ ਔਰ ਦਾਣੇ ਤੂੰ ਹੀ ਦੱਸ ਨਾ ਮੈਂ ਕੀ ਕਰਾਂ ਯਾਰ ਕਿੰਝ ਸਮਝ ਨਹੀਂ ਆਉਂਦਾ ਕੀ ਦੱਸਾਂ ਯਾਰ ਦੇਖ ਉਸਤਾਦ ਮੈਂ ਕਦੇ ਤੂੰ ਗਲਤ ਰਸਤਾ ਨਹੀਂ ਦੱਸਾਂ ਹਾਂ ਦੱਸ ਗੱਡੀ ਚਲਾਉਣਾ ਤੇਰੇ ਵਾਸਤੇ ਕੰਮ ਨਹੀਂ ਰਿਹਾ ਕੀ ਮਤਲਬ ਤੇਰੀ ਵੈਲਿਡਿਟੀ ਹੈ ਹੁਣ ਖਤਮ ਤੂੰ ਇੱਕ ਕੰਮ ਕਰ ਸੀਖਾਂ ਤੇ ਚਾਹ ਨਹੀਂ ਲਾ ਰੇੜੀ ਗੱਡੀ ਨਹੀਂ ਚਾਬੀ ਫੜਾ ਮੀ ਮੈਂ ਸੋਚਿਆ ਤੂੰ ਕਿ ਅਸਲ ਦੱਸੇ ਚੱਲ ਦਫਾ ਉਹ ਮਸਤ ਆਂਦਰੇ ਉਹ ਦਰਾਬੇ ਦੀ ਸਵਾਰੀਆਂ ਖੱਲੀਆਂ ਸਵਾਰੀਆਂ ਪਾਰਤ ਨਾਲੋ ਲੁਆ ਕਸ਼ ਕੱਲਾ ਕੱਲਾ ਲਾਂਦੇ ਅਲਾ ਲਾ ਕਸ਼ ਅਲਾ ਮੈਂ 3 ਸਾਲ ਗੱਡੀ ਚਲਾ ਸਕਦਾ ਤੋ ਕੀ ਲੱਗਦਾ ਸਕੀਨਾ ਮੋ ਕੱਲਾ ਸੱਟ ਗਈ ਮੈਂ 3 ਸਾਲ ਅਲਾ ਗੱਡੀ ਚਲਾ ਚੱਲ ਅਸੀਰ ਕੀ ਕਰੀਏ ਮੀ ਤੇ ਨਹੀਂ ਲੱਗਣਾ ਤੂੰ ਮੋੜਾਂ ਚ ਖਲਸੇ ਚੱਲ ਜਾਣ ਦੇ ਹੁਣ ਅੱਲਾ ਦੇ ਨਾਂ